ਹਾਲ ਚਾਲ ਆ ਜੀ ਸਾਰਿਆਂ ਦਾ, ਸਵਾਗਤ ਹੈ ਜੀ ਝੱਟੂ ਬਲੋਗ ਦੇ ਵਿੱਚ, ਹੈ ਨਾ। ਅਤੇ ਮੈਂ ਕਈ ਦਿਨਾਂ ਹੁਣ ਬਲੋਗ ਨਹੀਂ ਬਣਾਇਆ ਸੀਗਾ, ਥੋੜ੍ਹੇ ਬਿਜ਼ੀ ਚੱਲਦੇ ਸੀਗੇ ਅਤੇ ਤਾਂ ਕਰਕੇ ਸੀਗਾ। ਅਤੇ ਕੱਲ੍ਹ ਜਾ ਕੇ ਨਾ ਮੈਂ ਜਨਰੇਟਰ ਪਰਚੇਜ਼ ਕੀਤਾ, ਅਤੇ ਹੈਗਾ ਸਾਇਲੈਂਟ ਆ, ਅਤੇ ਘੜੂਕਾ ਮੰਗਾਇਆ ਆ। ਘੜੂਕਾ ਲਾ ਕੇ ਫਿਰ ਲਾ ਕਰਕੇ ਦੇਖਦੇ ਜੇ ਉੱਤਰ ਜੇ ਸੌਖਾ, ਅਤੇ ਮੇਰੇ ਨੇੜੇ ਚੱਲ ਦਿਖਾਉਣਾ ਜਨਰੇਟਰ ਕਿਹੋ ਜਿਹਾ ਲਿਆਂਦਾ ਆਪਣਾ, ਨਾਲ ਤਾਰ ਦੇ ਕਿੱਦਾਂ ਤੁਹਾਨੂੰ ਦਿਖਾਉਣਾ। ਆਇਆ ਹੋ ਗਿਆ ਅੱਧਾ ਘੰਟਾ ਇਹਨੂੰ ਉੱਦਾਂ, ਅਤੇ ਘੜੁੱਕੇ ਵਾਲਾ ਆਪਣਾ ਭਰਾ ਨਾਲ ਮੋਟਰ ਅੱਜ ਕੱਢ ਕੇ ਪਾਉਣੀ ਆ, ਮੋਟਰ ਨਵੇਂ ਬੋਰ 'ਚ ਪਾਉਣੀ ਉਹ ਦੇਖਦੇ ਹਾਂ, ਅਤੇ ਕੱਢਦੇ ਹਾਂ ਨਾ। ਆਇਆ ਵਿਚਾਰਾ ਸਪੈਸ਼ਲ, ਅਤੇ ਜਨਰੇਟਰ ਦਿਖਾਉਣਾ, ਟੈਂਪੂ 'ਚ ਆਇਆ ਉਹ ਖੜਾ। ਘੜੁੱਕਾ ਮੰਗਵਾਇਆ ਸੀ, ਘੜੁੱਕੇ ਨੇ ਤਾਰ ਕੇ ਦੇਖਦੇ ਹਾਂ। ਲਓ ਜੀ ਬਾਕੀ ਹੁਣ ਤੁਹਾਨੂੰ ਤਾਰ ਕੇ ਮਿਲ। ਮੋਟਰ ਤਾਂ ਕੱਢਣ ਲੱਗ ਗਏ ਸੀਗੇ, ਅਤੇ ਨਾਲ ਜਨਰੇਟਰ ਲਏ। ਜਨਰੇਟਰ ਤਾਰਿਆ ਤਾਂ ਬੜਾ ਔਖਾ ਹੀ, ਘੜੁੱਕੇ ਘੜਾਕੇ ਨਾਲ ਨਾ ਮਾੜਾ ਮੋਟਾ, ਅਤੇ ਬਹੁਤ ਜ਼ੋਰ ਲਾਉਣਾ ਪਿਆ। ਅਤੇ ਹੁਣ ਤਾਰ ਤਾਂ ਲਿਆ, ਅਤੇ ਬਾਕੀ ਵਾਲੇ ਚਲਾ ਕੇ ਨਹੀਂ ਦੇਖਿਆ, ਲੋਡ ਪਾ ਕੇ ਨਹੀਂ ਦੇਖਿਆ। ਲੋਡ ਹੁਣ ਪਾ ਕੇ ਦੇਖਾਂਗੇ, ਇੱਕ ਮੋਟਰ ਮੋਟਰ ਕੱਢ ਕੇ ਦੂਜੇ ਨਵੇਂ ਬੋਰ 'ਚ ਪਾਉਣ ਲੱਗੇ ਸੀਗੇ, ਉਹ ਕੱਢ ਕੇ ਇੱਕ ਪਾ ਲਈਏ, ਅਤੇ ਫਿਰ ਬਾਅਦ 'ਚ ਚੈੱਕ ਕਰਦੇ ਇਹਨੂੰ, ਨਾਲ ਸੈੱਟ ਕਰਾਂਗੇ ਥੋੜ੍ਹਾ ਜਿਹਾ ਸਾਈਡ ਨੂੰ ਕਰਨ ਵਾਲਾ, ਹਾਲੇ ਵਿਚਾਲੇ ਖੜ੍ਹਾ ਆ। ਅਤੇ ਬਾਕੀ ਉਹਨਾਂ ਲੈਣ ਚੱਲਿਆ ਸਟੀਲੀ ਨੱਟ, ਅਤੇ ਮੋਟਰ ਪਾਉਣੀ ਆ ਨਵੇਂ ਬੋਰ 'ਚ। ਥੋੜ੍ਹੇ ਉੱਪਰਲੇ ਬੋਰ ਚੱਲਦੀ ਸੀ ਉਹ 120 ਫੁੱਟ ਚੱਲਦੀ ਸੀਗੀ, ਹੁਣ ਪਾਉਣ ਲੱਗੇ ਹਾਂ 150, ਉਹ ਹੈਗਾ 450 ਵਾਲਾ ਬੋਰ, 150 'ਤੇ ਕਰ ਦਾਂਗੇ, 160 'ਤੇ ਕਰ ਦਾਂਗੇ। ਪਲਾ ਕੇ ਦੇਖਦੇ ਮੋਟਰ ਕਰੀ ਉਹ 'ਚ ਪਾ ਕੇ, ਹੈ ਨਾ। ਅਤੇ ਮੈਂ ਕਰੀਬ ਨੱਟ ਲਿਆਵਾਂ ਜਾ ਕੇ, ਅਤੇ ਮੈਂ ਪਾ ਕੇ ਠੰਡੇ ਕੰਮ ਨੇੜੀ, ਗਰਮੀ ਬਹੁਤ ਹੋ ਜਾਂਦੀ ਹੈ ਬਾਅਦ 'ਚ। ਅਤੇ ਜਨਰੇਟਰ ਇੱਕ ਲਾ ਤਾ ਉੱਥੇ, ਅਤੇ ਤਾਰ ਤਾਂ ਇੱਕ ਦਿਨ ਸੈੱਟ ਕਰਾਂਗੇ। ਅਤੇ ਦੱਸਿਓ ਕਿਵੇਂ ਲੱਗਿਆ ਜਨਰੇਟਰ, ਹੈ ਨਾ। ਅਤੇ ਇਹ ਹੈਗਾ ਆ 225 ਬਣੀ, ਇਹਦਾ ਅੱਡਾ ਆਉਂਦਾ ਜਨਰੇਟਰ ਵਾਲੇ ਤਾਂ ਇੰਜਣ 225 ਵਾਲਾ ਆ, ਜਿਹੜਾ 265 ਥੱਲੇ ਆਉਂਦੇ ਆ ਨਾ, ਇਹ ਸਪੈਸ਼ਲ ਅੱਡ ਤਿਆਰ ਕਰਦੇ ਆ ਇੰਜਣ। ਅਤੇ ਬਾਕੀ ਚਲੋ ਮਿਲਦਾ ਉਹਨੂੰ, ਹੈ ਨਾ, ਕਰੀਬ ਜਾਇਆ ਵਾਂ ਸਮਾਨ ਚੱਕਣੇ ਮਜ਼ਾ। ਦੀ ਨੈਕਸਟ ਡੇ ਕੀ ਹਾਲ ਚਾਲ ਆ ਜੀ ਸਾਰਿਆਂ ਦਾ, ਮੈਂ ਆਇਆ ਸੀਗਾ ਢਵਾਣੇ, ਹੈ ਨਾ, ਸਮਾਨ ਜਿਹਾ ਲਿਜਾਣਾ ਸੀ, ਕੁਛ ਜਨਰੇਟਰ ਲਿਆਉਂਦਾ ਕਰਕੇ ਨਾ ਥੋੜ੍ਹੀ ਤਾਰ ਛੋਟੀ ਰਹਿ ਗਈ ਆ, ਅਤੇ ਕੋਲੋਂ ਰਾਤੀ ਲੋਡ ਪਈ ਅਤੇ ਚਲਾ ਤਾਂ ਲਿਆ ਉਹਦਾ ਮੈਂ, ਵੀ ਘੰਟੇ ਡੇਢ ਘੰਟੇ ਲੱਗ ਗਿਆ ਹੁਣ ਤਾਰ ਤੁਰਾ ਫਿਟ ਫਿਟ ਕਰਨ ਨੂੰ, ਹੈ ਨਾ। ਅਤੇ ਕੁਛ ਤਾਰ ਲਿਜਾਣੀ ਸੀ ਕੁਛ, ਹੈ ਨਾ, ਉਹਦੇ ਤਾਂ ਆਪਣਾ ਹੁੰਦੇ ਆ ਆਪਾਂ ਬੈਟਰੀ, ਦੂਜੀ ਬੈਟਰੀ ਨਾਲ ਆਪਾਂ ਕਦੇ ਕੋਈ ਡਾਊਨ ਹੋ ਜਾ ਸਟਾਰਟ ਕਰ ਦੇਣਾ ਨਾ ਲਾ ਕੇ ਤਾਰਾਂ, ਉਹ ਤਾਰ ਲੈਣੀ ਸੀਗੀ। ਫਿਰ ਮੈਂ ਝੋਨਾ ਲਾਉਣ ਲੱਗ ਜਾਣਾ, ਫਿਰ ਟਾਈਮ ਨਹੀਂ ਲੱਗਣਾ। ਅਤੇ ਕੁਛ ਇੱਕ ਹੋਰ ਛੋਟੇ ਛੋਟੇ ਕੰਮ ਸੀ ਉਹ ਕਰਦੀ ਹੈ, ਮੈਂ ਕਿਹਾ ਢਵਾਣੇ ਪਹੁੰਚ ਗਿਆ ਮੈਂ ਘਰ ਤੋਂ, ਲੱਗਿਆ ਭੁੱਲ ਗਿਆ ਬਲੋਗ ਬਣਾਉਣਾ, ਹੈ ਨਾ। ਅਤੇ ਕਈ ਦਿਨ ਹੋ ਗਏ ਹੁਣ ਰੂਟੀਨ ਜਿਹਾ ਟੁੱਟ ਗਿਆ ਨਾ ਬਲੋਗ ਬਣਾਉਣ ਦਾ, ਅਤੇ ਭੁੱਲ ਜਾਂਦਾ। ਅਤੇ ਹੁਣ ਢਵਾਣੇ ਤਾਂ ਪਹੁੰਚ ਗਿਆ ਸੁੱਤਾ ਮੈਂ, ਅਤੇ ਮੈਂ ਕਿਹਾ ਚੱਲ ਹੁਣ ਸਮਾਨ ਜਿਹਾ ਸੀ ਕਈ ਤਰ੍ਹਾਂ ਲੈਣ ਵਾਲਾ, ਉਹ ਲੈ ਲਾ ਚੱਲ ਕੇ। ਹੋਰ ਮੌਸਮ ਤੁਹਾਡੇ ਦਾ ਕਿੱਦਾਂ, ਮੈਂ ਸੁਣਿਆ ਪੰਜਾਬ ਵਾਲੇ ਕਹਿੰਦੇ ਮੀਂਹ ਪਈ ਜਾਂਦੇ, ਹੈ ਨਾ। ਜੇ ਕੋਈ ਪੰਜਾਬ ਵਾਲਾ ਭਰਾ ਕੋਈ ਦੇਖਦਾ ਨਾ ਲੋਕ ਦੱਸੇ ਜ਼ਰੂਰ ਵੀ ਤੁਹਾਡੇ ਵੱਲ ਮੀਂਹ ਪੈਣ ਲੱਗੇ ਕਿ ਨਹੀਂ ਪੈਣ ਲੱਗੇ, ਇੱਧਰ ਕਿਹੜੇ ਏਰੀਏ ਦੇ ਹੋ, ਹੈ ਨਾ। ਅਤੇ ਸਾਡੇ ਵੱਲ ਤਾਂ ਨਹੀਂ ਹਲੇ ਪੈਣ ਲੱਗੇ, ਨਾਲੇ ਝੋਨਾ ਝੋਨਾ ਕਦੋਂ ਤੱਕ ਸਟਾਰਟ ਕਰਨਾ ਉਹ ਦੱਸਿਓ। ਅਤੇ ਸਾਡੇ ਤਾਂ ਲਾ ਲਓ ਵੀ ਹੋਰ 5-6 ਦਿਨਾਂ ਨੂੰ ਲਾ ਲਓ ਸਟਾਰਟ ਕਰਨਗੇ, ਹੈ ਨਾ। ਥੋੜ੍ਹਾ ਕੋਈ ਪਾਣੀ ਛੱਡਣਾ ਸ਼ੁਰੂ ਕਰੂਗਾ, ਪਰ ਸਾਡੇ ਪਿੰਡ ਬਿਜਾਈ ਹੋਈ ਹੋਈ ਹੈ, ਬਿਜਾਈ ਹਲੇ ਸੋਹਣੀ ਹੋਈ ਹੈ, ਤਿਆਰ ਕੀਤੀ ਹੈ, ਅਗਲੇ ਸਾਲ ਦੇਖਾਂਗੇ ਕਿੱਲਾ ਦੋ ਕਿੱਲੇ ਟਰਾਈ ਕਰਕੇ, ਹੈ ਨਾ।
ਜੇ ਮੂਡ ਬਣਿਆ ਤਾਂ ਕੁਛ ਵੀ ਵੱਧ ਰੱਖਣਾ ਪੈਂਦਾ ਉਹਨਾਂ ਵਾਸਤੇ ਜਿਹੜਾ ਬਿਜਾਈ ਕਰਦੇ ਹਾਂ ਆਪਾਂ। ਸਮਾਨ ਤਾਂ ਵਾਹਵਾ ਲੈ ਆਇਆ ਮੈਂ ਖਰੀਦ ਕੇ ਨਾ, ਥੋੜਾ ਥੋੜਾ ਕਈ ਸੀ ਕਰਨ ਵਾਲੇ ਕਲਿੱਪ ਜੇ ਵੀ ਲੈ ਆਇਆ ਨਾ, ਜਿਹੜਾ ਆਪਾਂ ਬੈਟਰੀ ਤੋਂ ਬੈਟਰੀ ਪੱਟਾ ਕਰਦੇ ਹਾਂ, ਪਰ ਉਹ ਵੱਡੀ ਮੋਟੀ ਤਾਰ ਨਹੀਂ ਮਿਲਦੀ ਸੀ, ਪਰਲੀ ਤਾਰ ਵਾਲੇ ਮਿਲਦੇ ਸੀਗੇ ਅਤੇ ਉਹ ਲਏ ਨਹੀਂ, ਅਤੇ ਮੈਂ ਤਾਰ ਅੱਡ ਤੋਂ ਲਈ ਆ, ਉਹ ਕਲਿੱਪ ਜੇ ਅੱਡ ਤੋਂ ਲਏ ਵੱਡੇ ਮੋਟੇ ਵਾਲੇ ਹੈ ਨਾ, ਚਾਹੇ ਟਰੱਕ 'ਤੇ ਲਾ ਲਓ ਨਾ ਸਟਾਰਟ ਕਰਨ ਨੂੰ, ਵੱਡੀਆਂ ਬੈਟਰੀਆਂ 'ਚ ਡਬਲ ਵਾਲੀ ਬੈਟਰੀ ਹੋਵੇ, ਅਤੇ ਬਾਕੀ ਮੈਂ ਕਰਿਆ ਕਿ ਉਹਨੂੰ ਜੁਆਇੰਟ ਕਰਨਾ ਹੈ, ਕਰਿਆ ਕਰੂੰਗਾ ਹੈ ਨਾ, ਅਤੇ ਨਾਲੇ ਹੋਰ ਤਾਰਾਂ ਤੂਰਾਂ ਹੀ ਲੈ ਕੇ ਆਇਆ ਸੀ ਵੀ ਜਨਰੇਟਰ ਲਾਉਣ ਵਾਸਤੇ, ਅਤੇ ਨਾਲੇ ਇੱਕ ਚੌਕ ਚਾਹੀਦੀ ਜਨਰੇਟਰ ਲਾਉਣ ਵਾਸਤੇ ਨਾ, ਫਾਰਮ ਟਰੱਕ ਦੀ ਚੌਕ ਲਿਆਂਦੀ ਆ ਜਿਹੜੀ, ਆਪਣੇ ਫਾਰਮ ਟਰੱਕ ਦੇ ਜਿਹੜੀ ਲਾਲ ਚੌਕ ਲੱਗੀ ਨੇ ਬੰਦ ਕਰਨ ਵਾਸਤੇ ਉਹ ਲਿਆਂਦੀ ਆ ਨਾ, ਅਤੇ ਇਹ ਛੋਟੇ ਸਮਾਨ ਜਿਹੇ ਕਈ ਸੀਗੇ, ਇੱਕ ਵਾਹੀਕਿਊਮ ਲੈਣਾ ਸੀਗਾ, ਵਾਹੀਕਿਊਮ ਵੱਡਾ ਬਹੁਤ ਮਿਲਦਾ ਸੀਗਾ, ਛੋਟਾ ਨਹੀਂ ਮਿਲਦਾ ਸੀਗਾ, ਅਤੇ ਉਹਨੂੰ ਕਿਹਾ ਆ ਮੈਂ ਕਿਹਾ ਜੇ ਛੋਟਾ ਵਾਹੀਕਿਊਮ ਕਦੇ ਆਏ ਤਾਂ ਮੈਂ ਨੰਬਰ ਦੇ ਕੇ ਆਇਆ, ਫੋਨ ਜਾਣ ਛਾਣ ਦਾ ਬੰਦਾ ਨਿਕਲਿਆ ਨਾ, ਅਤੇ ਮੈਂ ਫੋਨ ਕਰੀ ਮੈਨੂੰ ਹੈ ਨਾ, ਅਤੇ ਫਿਰ ਮੈਂ ਕਿਹਾ ਚੱਕ ਕੇ ਲੈ ਜੂੰਗਾ, ਅਤੇ ਆਹ ਬਾਕੀ ਛੋਟਾ ਕੰਮ ਕਈ ਸੀ ਕਰਿਆ, ਅਤੇ ਬਾਕੀ ਤੁਹਾਨੂੰ ਕਰਿਆ ਮਤਲਬ ਗਰਮੀ ਕਰਕੇ ਨਾ ਜੀ ਨਹੀਂ ਕਰਦਾ ਗਾ, ਅਤੇ ਸਾਰਿਆਂ ਕੋਲ ਹਾਲੇ ਪੰਜ ਪੰਜ ਮਿੰਟ ਰੁੱਕ ਕੇ ਦੋ ਛੇ ਦੀ ਕਾਹਲੀ ਕਾਹਲੀ ਜੀ ਕੰਮ ਕੀਤਾ, ਇੱਧਰ ਕੁਦਰ ਦੇ ਮੁੰਡੇ ਆਏ ਸੀ ਉਹਨਾਂ ਨੂੰ ਵੀ ਮਿਲਿਆ, ਅਤੇ 5 ਮਿੰਟ ਹੀ ਖੜਾ ਉਹਨਾਂ ਕੋਲ ਮੈਂ, ਅਤੇ ਵਿੱਚ ਮੈਂ ਹੁਣ ਗੱਡੀ ਧੋਣ ਜੀ ਕਰਦਾ, ਅਤੇ ਵਿੱਚ ਜੀ ਕਰਦਾ ਰਹਿਣ ਦੇ ਯਾਰ, ਫੇਰ ਧਵਾ ਲਾਂਗੇ ਹੈ ਨਾ, ਲਿਬੜੀ ਤਾਂ ਬਹੁਤ ਹੋਈ ਆ, ਦੇਖਦਾ ਜੇ ਫਰੀ ਹੋਏ ਤਾਂ ਨਾ, ਪਹੁੰਚ ਤਾਂ ਗਿਆ ਹੀ ਸੀ ਫੋਨ ਮੈਂ ਪੁੱਛਦਾ ਉਹਨੂੰ ਜੇ ਟਾਈਮ ਹੈਗਾ, ਜੇ ਦੁਪਹਿਰ ਕਰਕੇ ਤਾਂ ਨਾ ਕਿ ਤਾਂ ਨਾਲ ਲੱਗਿਆ ਹੋਣਾ ਨਾ ਕੰਮ ਕਰਨ, ਦੇਖਦਾ ਕਹਿੰਦਾ ਤਾਂ ਜੀ ਧੋ ਦਿੰਦੇ ਹਾਂ, ਚੱਲ ਲਾਉਂਦੇ ਹਾਂ ਸਟੈਂਡ 'ਤੇ ਨਾ, ਵੀ ਚੱਲ ਟਾਈਮ ਨਾ ਲੱਗੇ, ਧਵਾ ਲਿਆ ਸੀ ਹੈ ਨਾ, ਅਤੇ ਦੇਖ ਹੀ ਲਏ ਉਹਨੇ ਕਲਿੱਪ ਹੈ ਨਾ ਵੀ ਚੈੱਕ 'ਤੇ ਧੋਂਦੇ ਹੈ ਨਾ, ਅਤੇ ਕਈ ਹੁਣ ਆਪਦੀ ਘੋਲ ਜਿਹੀ ਹੋਈ ਸੀ, ਮੈਂ ਚੱਲ ਗੱਡੀ ਧਵਾ ਹੀ ਲੈਂਦੇ ਨਾ, ਨਾਲੇ ਪ੍ਰੈਸ਼ਰ ਸੀਗਾ, ਅਤੇ ਘਰ ਨਾਲੇ ਨਹਿਰ ਨਹੀਂ ਅਸੀਂ ਨਹਿਰ ਬਣਦਾ, ਨਹਿਰ ਆਈ ਫਿਰ ਵੀ ਧੋ ਲੈਂਦਾ ਮੈਂ, ਕੁਛ ਟਾਈਮ ਜਿਹਾ ਨਹੀਂ ਲੱਗਦਾ ਨਾ, ਕਦੇ ਭੱਜਣਾ ਠਹਿ ਨੂੰ ਕਦੇ ਭੱਜਣਾ ਠੋ ਨੂੰ ਹੈ ਨਾ, ਭੱਜੀ ਫਿਰਦੇ ਰਹਿੰਦੇ ਹਾਂ, ਅਤੇ ਕੁਛ ਝੋਨਾ ਲਾਉਣ ਦੀ ਤਿਆਰੀ ਕਰਕੇ ਮੈਂ ਚਲੋ ਗੱਡੀ ਧਵਾ ਕੇ ਖੜੀ ਕਰ ਦਿੰਦੇ ਹਾਂ, ਅਤੇ ਦੇਖੋ ਫਿਰ ਤਾਂ ਹਫ਼ਤਾ ਨਹੀਂ ਨਿਕਲਦੀ ਕਿ 15 ਦਿਨ ਨਿਕਲਦੀ ਹੈ ਨਾ, ਜਦੋਂ ਲੋੜ ਪਊ ਫੇਰ ਹੀ ਕੱਢਣੀ ਪਊਗੀ। ਦੂਜੀ ਏ ਸੀ ਗੱਡੀ ਛੋਟੀ ਹੈ ਜਿਹੜੀ, ਉਹਦਾ ਹੁਣ ਏ ਸੀ ਘੱਟ ਕੰਮ ਕਰਦਾ, ਉਹਦਾ ਥੋੜ੍ਹਾ ਚੈੱਕ ਕਰਾਉਣ ਵਾਲੀ ਹੋਈ ਆ, ਕਿ ਨਾਲੇ ਟਾਈਮ ਚੈੱਕ ਕਰਾ ਕੇ ਲਿਆਊਂਗਾ ਏ ਸੀ, ਉਹਦਾ ਗੀਅਰ ਲੋਡ ਪੈ ਜਾਂਦੀ ਹੈ ਨਾ, ਅਤੇ ਮਿਲਦੇ ਹਾਂ ਫਿਰ ਹੈ ਨਾ, ਅਤੇ ਬਾਕੀ ਅਗਲੇ ਬਲੌਗ 'ਚ, ਅਤੇ ਠੀਕ ਹੈ ਜੀ, ਅਤੇ ਕੁਛ ਤੁਹਾਨੂੰ ਚੰਗਾ ਲੱਗਿਆ ਹੋਵੇ ਨਾ, ਚੈਨਲ ਨੂੰ ਲਾਈਕ ਅਤੇ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ, ਠੀਕ ਆ।